ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਮੈਂ ਪਰਮੇਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹੱਲ ਦੇ ਵਿੱਚ ਤੇ ਇਸ ਪ੍ਰਾਈਮ ਪ੍ਰਵਾਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਨਵਜੋਤ ਸਿੰਘ ਕੈਲੇ ਸਾਹਿਬ ਸਾਡੇ ਨਾਲ ਹੋਣਗੇ ਮੈਲਬਨ ਆਸਟ੍ਰੇਲੀਆ ਤੋਂ ਕੈਲੇ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਤੇ ਪ੍ਰਾਈਮੇਸ਼ਾ ਦੇਖਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ-ਬਹੁਤ ਆਦਰ ਸਤਕਾਰ ਨਵਜੋਤ ਪਾ ਜੀ ਬਹੁਤ ਵਾਰ ਆਪਣੀ ਰਿਸ਼ਤੇਦਾਰੀ ਚ ਆਪਣੇ ਸੱਜਣਾ ਮਿੱਤਰਾਂ ਦੇ ਘੇਰੇ ਦੇ ਵਿੱਚ ਜਿਹੜੇ ਲੋਕ ਆਪ ਨੂੰ ਜਾਣਦੇ ਹੁੰਦੇ ਆ ਪੰਗਾਹੇ ਬਗਾਹੇ ਕਿਤਨਾ ਕਿਤੇ ਟੱਕਰਦੇ ਮੱਥੇ ਲੱਗਦੇ ਇੱਕ ਦੂਸਰੇ ਦੇ ਕਈ ਵਾਰੀ ਉਹ ਸਲਾਹ ਲੈਂਦੇ ਆ ਕਈ ਵਾਰੀ ਗੱਲਾਂ ਬਾਤਾਂ ਆਪਾਂ ਸੁਣਦੇ ਆ ਇੱਕ ਦੂਜੇ ਨੂੰ ਉਹ ਦੱਸਦੇ ਆ ਤੇ ਇਹ ਕਹਿੰਦੇ ਹੁੰਦੇ ਆ ਕਿ ਕਾਗਜ਼ ਖਰਾਬ ਹੋ ਗਏ ਮੁੰਡੇ ਦਾ ਜਾਂ ਕੁੜੀ ਦਾ ਬਾਹਰਲਾ ਨਹੀਂ ਬਣਿਆ ਪਤਾ ਨਹੀਂ ਉਹਨਾਂ ਨੇ ਪਿਛਲਾ ਕੋ ਕਾਗਜ਼ ਪੱਤਰ ਕੱਢ ਲਿਆ ਉਹ ਇਹਦਾ ਬਾਪੂ ਤਾਂ ਕਹਿੰਦਾ ਕਿ ਮੈਂ ਤਾਂ ਉਦੋਂ ਪਤਾ ਨਹੀਂ ਮੈਨੂੰ ਉਦੋਂ ਤਾਂ ਐ ਕਰ ਲਈ ਸੀ ਇਹ ਥੋੜੀ ਪਤਾ ਸੀ ਕਿ ਨਿਆਣਿਆਂ ਤੱਕ ਗੱਲ ਪਹੁੰਚ ਜਊਗੀ ਮੈਂ 2-3 ਚੀਜ਼ਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਚੰਗੀ ਕਹਾਣੀ ਵੀ ਆਪਾਂ ਜਿਹੜੀ ਪ੍ਰਵਾਸ ਦੀ ਸੁਣਨੀ ਆ ਪਰ ਸਭ ਤੋਂ ਪਹਿਲਾਂ ਇਹ ਜ਼ਰੂਰ ਦੱਸਿਓ ਕਿ ਜਿਹੜਾ ਵੀ ਬੰਦਾ ਵਿਦੇਸ਼ ਤੇ ਵਿੱਚ ਹੁੰਦਾ ਵਿਦੇਸ਼ ਜਾਂਦਾ ਜਾਂ ਉੱਥੇ ਜਾ ਕੇ ਕੋ ਕਾਗਜ਼ ਪੱਤਰ ਲਾਉਣਾ ਚਾਹੁੰਦਾ ਹੈ ਉਮਰ 35-40 ਬੱਤਾ 45 ਸਾਲ ਦੇ ਕਰੀਬ ਹੈ ਪਿੱਛੇ ਨਿਆਣੇ ਛੋਟੇ ਨੇ ਉਹਨੂੰ ਕਿੰਨਾ ਕੁ ਸੋਚ ਸਮਝ ਕੇ ਸਰਕਾਰੀ ਸਿਸਟਮ ਦੇ ਵਿੱਚ ਆਪਣੇ ਕਾਗਜ਼ ਪੱਤਰਾਂ ਦਾ ਰਿਕਾਰਡ ਜਿਹੜਾ ਲਾਉਣਾ ਚਾਹੀਦਾ ਜਿਹਦੇ ਨਾਲ ਕਿ ਪਿੱਛੇ ਕਿਤੇ ਸਮੱਸਿਆ ਨਾ ਕੱਲ ਨੂੰ ਆਵੇ ਕੀ ਸਾਡੀਆਂ ਗਲਤੀਆਂ ਦਾ ਸਾਡੀ ਘੱਟ ਸਮਝੀ ਦਾ ਸਾਡੀ ਅਗਲੀ ਪੀੜ੍ਹੀ ਦੇ ਉੱਤੇ ਵੀ ਅਸਰ ਪੈ ਸਕਦਾ ਜੇ ਕੱਲ ਨੂੰ ਉਹਨੇ ਕਿਤੇ ਸੱਤ ਸਮੁੰਦਰੋਂ ਪਾਰ ਤਾਰੀ ਲਾਉਣੀ ਹੋਵੇ ਹਾਂਜੀ ਬਾਦ ਸਾਹਿਬ ਪਿਛਲੇ ਹਫ਼ਤੇ ਨਾ ਮੇਰੇ ਕੋਲੇ ਇੱਕ ਸੱਜਣ ਨੇ ਕੰਸਲਟੇਸ਼ਨ ਕੀਤੀ ਜੀ ਉਹ ਇੱਥੇ ਅੱਜ ਤੋਂ 6-7 ਸਾਲ ਪਹਿਲਾਂ ਆਏ ਸੀ ਹੂੰ ਹੂੰ ਉਹਨਾਂ ਦੇ ਸਿਬਲਿੰਗਸ ਮਤਲਬ ਕਿ ਸਕੇ ਭੈਣ ਇੱਥੇ ਸਿਟੀਜ਼ਨ ਨੇ ਜੀ ਉਹਨਾਂ ਨੂੰ ਇੱਥੇ ਵਿਜ਼ਟਰ ਵੀਜ਼ਾ ਮਿਲਿਆ ਸੀ ਉਹਨ ਇੱਥੇ ਆ ਗਈ ਉਦੋਂ ਮੇਰੇ ਖਿਆਲ ਅੰਮਰੋਣੀਆ ਵਟਸਐਪ ਉਹਨਾਂ ਦੀ ਉਮਰ 37-38 ਸਾਲ ਜੀ ਅੱਜ ਦੀ ਡੇਟ 'ਚ ਉਹਨਾਂ ਦੀ ਉਮਰ ਆ 43-44 ਸਾਲ ਠੀਕ ਹੈ ਜੀ ਜਦੋਂ ਇੱਥੇ ਆਏ ਉਹਨਾਂ ਨੇ ਵਟਸਐਪ ਇੱਥੇ ਆ ਕੇ ਪ੍ਰੋਟੈਕਸ਼ਨ ਵੀਜ਼ਾ ਪਾਤਾ ਉਕੀ ਹੁੰਦਾ ਜੀ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਵਾ ਜੀ ਇਹ ਪ੍ਰੋਟੈਕਸ਼ਨ ਵੀਜ਼ਾ ਜਦੋਂ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਪੋਲੀਟিক্যাল ਅਨਰੈਸਟ ਕਰਕੇ ਖਤਰਾ ਤੁਹਾਡੀ ਜਾਨ ਨੂੰ ਹੈ ਤਾਂ ਪੈਂਦਾ ਹੂੰ ਹੂੰ ਐਸ ਵੇਲੇ ਜੇ ਕੋਈ ਇੰਡੀਅਨ ਪਾਸਪੋਰਟ ਹੋਲਡਰ ਵੈਸਟਰ ਵੀਜ਼ਾ ਵਾਦ ਇੱਥੇ ਆ ਕੇ ਇਹ ਵੀਜ਼ਾ ਪਾਉਂਦਾ ਉਹ ਸਰਾਸਰ ਝੂਠੇ ਕਹਿੰਦੇ ਜੀ ਉਹਨਾਂ ਦਾ ਕੋਈ ਵੀਜ਼ਾ ਗਾ ਲੱਗਣਾ ਨਹੀਂ ਹੈਗਾ ਬਸ ਇੱਕ WhatsApp ਬਿਸਟਰ ਵੀਜ਼ੇ ਤੋਂ ਬਾਅਦ ਇੱਕ ਰਹਿਣ ਦਾ ਜਗਾੜ ਬਣਾ ਲੈਂਦੇ ਹੁੰਦਾ ਕੀ ਹੈ ਆਰਜੀ ਤੌਰ ਤੇ ਆਰਜੀ ਤੌਰ ਤੇ ਹੀ ਆ ਜੀ ਮਤਲਬ ਕਿ ਉਹਦੇ ਪੇਪਰ ਖਰਾਬ ਕਰ ਲੈਂਦੇ ਨੇ ਵਿਜ਼ਟਰ ਵੀਜ਼ੇ ਤੋਂ ਬਾਅਦ ਪ੍ਰੋਟੈਕਸ਼ਨ ਵੀਜ਼ਾ ਪਾ ਲਿਆ ਪ੍ਰੋਟੈਕਸ਼ਨ ਵੀਜ਼ੇ ਦੀ ਫਾਈਲ ਰਿਫਿਊਜ਼ ਹੋ ਜਾਂਦੀ ਹੈ ਫਿਰ ਰਟਰ ਬਿਨਰ ਚਲੇ ਜਾਂਦੇ ਆ ਉਹਨੂੰ ਅੱਗੇ ਵਧਾ ਲੈਂਦੇ ਆ ਉਹਦੇ ਬਾਅਦ ਅਗਲੀ ਕੋਰਟ ਚਲੇ ਜਾਂਦੇ ਆ ਹੁਣ ਹੋਇਆ ਕੀ ਇਸ ਕੇਸ ਦੇ ਵਿੱਚ ਮੈਂ ਕਿਸੇ ਵੀ ਸੱਜਣ ਨੂੰ ਇਹ ਸਲਾਹ ਨਹੀਂ ਦਿੰਦਾ ਵੀ ਤੁਸੀਂ ਵਿਜ਼ਟਰ ਵੀਜ਼ੇ ਤੇ ਆ ਕੇ ਇੱਥੇ ਪ੍ਰੋਟੈਕਸ਼ਨ ਵੀਜ਼ਾ ਪਾਪ ਠੀਕ ਹੈ ਹੁਣ ਇਸ ਕੇਸ ਦੇ ਵਿੱਚ ਕੀ ਹੋਇਆ ਇਹ ਜਿਹੜੇ ਸੱਜਣ ਸੀਗੇ ਉਹਨਾਂ ਦਾ ਬੇਟਾ ਪਲੱਸ 2 ਦੇ ਵਿੱਚੋਂ ਇੰਡੀਆ ਦੇ ਵਿੱਚ ਸੀ 95% ਨੰਬਰ ਲੈ ਕੇ ਪਾਸ ਹੁੰਦਾ WhatsApp ਹਮ ਹਮ 7 E ਚੋਂ ਦਾ ਆਇਲਟਸ ਚੋ ਸਕੋਰ ਆ 7 E ਵੀ ਨਹੀਂ ਮੈਂ ਕਹੂੰਗਾ ਆਲਮੋਸਟ 80 ਚ ਇੱਕ ਦੇ ਵਿੱਚੋਂ ਹੀ 7 ਬੈਂਡ ਨੇ ਬਾਕੀ ਤਿੰਨਾਂ ਦੇ ਵਿੱਚੋਂ 8 ਬੈਂਡ ਨੇ ਜਣੀ ਹਰ ਪੱਖੋਂ ਪੂਰਾ ਹਰਪੱਖੋਂ ਪੂਰਾ ਇਹਦੀ ਉਹਦੇ ਐਡਮਿਸ਼ਨ ਹੋ ਜਾਂਦੀ ਹੈ ਇੱਥੇ ਚੰਗੀ ਯੂਨੀਵਰਸਿਟੀ ਦੇ ਵਿੱਚ ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਜਦੋਂ ਵੀਜ਼ਾ ਲਾਉਨੇ ਆ ਨਾ ਆਪਾਂ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਤਾਂ ਤੁਹਾਨੂੰ ਇਮੀਡੀਏਟ ਫੈਮਿਲੀ ਮੈਂਬਰ ਦੇ ਨਾਮ ਉੱਥੇ ਲਿਖਣੇ ਪੈਂਦੇ ਨੇ ਉਹਨਾਂ ਦੇ ਵੇਅਰ ਅਬਾਊਟ ਲਿਖੇ ਪੈਂਦੇ ਆ ਕੇਸ ਆਫੀਸਰ ਨੇ ਫਾਈਲ ਚੱਕੀ ਵੀਜ਼ਾ ਆਫੀਸਰ ਨੇ ਇਹ ਕਹਿ ਕੇ ਰਿਫਿਊਜ਼ ਕੀਤੀ ਵੀ ਤੇਰੇ ਫਾਦਰ ਇਸ ਵੀਜ਼ੇ ਤੇ ਆਸਟ੍ਰੇਲੀਆ ਪਹੁੰਚੇ ਸੀ ਉਦੋਂ ਬਾਅਦ ਉਹਨਾਂ ਨੇ ਇੱਥੇ ਪ੍ਰੋਟੈਕਸ਼ਨ ਕਲੇਮ ਕੀਤੀ ਉਹ ਵੀਜ਼ਾ ਰਿਫਿਊਜ਼ ਹੋ ਚੁੱਕਿਆ ਇਸ ਕਰਕੇ ਅਸੀਂ ਤੈਨੂੰ ਵੀ ਇੱਕ ਜੈਨੂਇਨ ਟੈਂਪਰੇਰੀ ਐਂਟਰੈਂਟ ਨਹੀਂ ਮੰਨਦੇ ਤੇਰੇ ਡਾਕੂਮੈਂਟਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਪਰ ਤੇਰੇ ਇਮੀਡੀਏਟ ਫੈਮਿਲੀ ਮੈਂਬਰ ਤੇਰੇ ਪੇਰੈਂਟ ਦੇ ਇੱਥੇ ਕੰਡੀਸ਼ਨਸ ਨੂੰ ਅਬਿਊਜ਼ ਕਰਨ ਦੇ ਜਾਂ ਗਲਤ ਢੰਗ ਨਾਲ ਕਲੇਮ ਕਰਕੇ ਪ੍ਰੋਟੈਕਸ਼ਨ ਵੀਜ਼ਾ ਪਾਉਣ ਕਰਕੇ ਅਸੀਂ ਤੇਰਾ ਵੀਜ਼ਾ ਰਿਫਿਊਜ਼ ਕਰਦੇ ਹਾਂ ਜੀ ਹੁਣ ਦੇਖੋ ਤੁਸੀਂ ਵੀ ਜਾ ਕਈ ਵਾਰੀ ਕੀ ਹੁੰਦਾ ਇੱਥੇ ਕੋ 40-45 ਸਾਲ ਦੇ ਸੱਜਣ ਆਉਂਦੇ ਆ ਮੈਂ ਸਾਰਾ ਕੁਝ ਸਮਝਦਾ ਵੀ ਤੁਹਾਡੇ ਹਾਲਾਤ ਔਖੇ ਨੇ ਤੁਸੀਂ ਇੱਥੇ ਚਾਰ ਪੈਸੇ ਕਮਾਉਣਾ ਚਾਹੁੰਦੇ ਹੋ ਪਰ ਸਾਡਾ ਇੱਥੇ ਦੱਸਣ ਦਾ ਫਰਜ਼ ਇਹ ਆ ਵੀ ਜਿਨ੍ਹਾਂ ਦੀ ਖਾਤਰ ਕਰ ਰਹੇ ਉਹਨਾਂ ਦੇ ਰਾਹ ਵੀ ਆਪਾਂ ਕਈ ਵਾਰੀ ਬੰਦ ਕਰ ਦਿੰਦੇ ਜੀ ਠੀਕ ਆ ਹੁਣ ਕਈ ਵਾਰੀ ਆਪਾਂ ਇੱਥੇ ਆਉਂਦੇ ਆ ਆਪਣੀ ਕੋਈ ਇੰਗਲਿਸ਼ ਨਹੀਂ ਹੁੰਦੀ ਅਸੀਂ ਸਟੂਡੈਂਟ ਵੀਜ਼ਾ ਪਾ ਲੈਂਦੇ ਆ ਓਵਰ ਰਿਫਿਊਜ਼ ਹੋ ਜਾਂਦਾ ਮੁੜ ਕੇ ਅਸੀਂ ਟਰਮੀਨਲ ਚਲੇ ਜਾਂਦੇ ਆ ਉੱਥੇ ਕੋਈ ਉਧਾਰ ਨਹੀਂ ਹੁੰਦਾ ਪੜ੍ਹਾਈ ਅਸੀਂ ਕੋਈ ਕਰਨੀ ਨਹੀਂ ਹੁੰਦੀ ਵੀ ਜੇ ਸਾਡੇ ਤੇ ਵਰਕ ਰਾਈਟ ਵੀ ਨਹੀਂ ਹੁੰਦੇ ਅਸੀਂ 3-4 ਸਾਲ ਇੱਥੇ ਕੱਢ ਦਿੰਨੇ ਆ ਉਦੋਂ ਬਾਅਦ ਅਸੀਂ ਚਾਹੁੰਦੇ ਆ ਵੀ ਸਾਡਾ ਬੱਚਾ ਜਿਹਨੇ 12ਵੀਂ ਕਰ ਲਈ ਇੰਡੀਆ ਦੇ ਵਿੱਚ ਉਹ ਇੱਥੇ ਪਹੁੰਚ ਜਾਵੇ ਉਹਦੇ ਡਾਕੂਮੈਂਟ ਵੀ ਚੈੱਕ ਹੋ ਸਕਦੇ ਆ ਮੈਂ ਇਹ ਨਹੀਂ ਕਹਿੰਦਾ ਸਾਰੇ ਕੇਸ ਚ ਚੈੱਕ ਹੁੰਦੇ ਆ ਪਰ ਚਾਂਸਸ ਕਾਫੀ ਨੇ ਜਦੋਂ ਪੰਜਾਬ ਦਾ ਪਾਸਪੋਰਟ ਲੱਗਦਾ ਨਾ ਪੰਜਾਬ ਦਾ ਡੋਮਿਸਾਈਲ ਦਾ ਤਾਂ ਜਿਹੜੇ ਕੇਸ ਆਫੀਸਰ ਨੇ ਅੱਜ ਕੱਲ੍ਹ ਵੈਸੀ ਸਤਾਰਕ ਨੇ ਠੀਕ ਆ ਜੋ 44 ਤੁਹਾਡੇ ਪੇਰੈਂਟਸ ਦੀ ਡੇਟ ਆਫ ਬਰਥ ਤੇ ਨਾਮ ਤੋਂ ਹੀ ਡਾਟਾ ਕੱਢ ਸਕਦੇ ਆ ਤੁਹਾਡੇ ਤੋਂ ਤੁਹਾਡੇ ਪੇਰੈਂਟ ਦਾ ਪਾਸਪੋਰਟ ਮੰਗ ਸਕਦੇ ਆ ਉਹਨਾਂ ਦਾ ਆਧਾਰਡ ਕਾਰਡ ਮੰਗ ਸਕਦੇ ਆ ਨਾ ਮੰਗਣ ਦਾ ਕੋਸ਼ਵਨਾ ਹੋਵੇ ਪਰ ਜੇ ਚੱਕਰ ਪੈ ਗਿਆ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋਣਾ ਵਿਦਆਊਟ ਐਨੀ ਰੀਜ਼ਨ ਇੱਥੇ ਹੱਥ ਜੋੜ ਕੇ ਬੇਨਤੀ ਆਪਾਂ ਇਹ ਕਰਦੇ ਆ ਵੀ ਜੇ ਤੁਸੀਂ ਵਿਜ਼ਿਟਰ ਵੀਜ਼ੇ ਤੇ ਆਉਨੇ ਹੋ ਤਾਂ ਮੇਰਾ ਸਿੱਧੀ ਸਲਾਹ ਤੁਹਾਨੂੰ ਸਾਰਿਆਂ ਨੂੰ ਇੱਥੇ ਆ ਕੇ ਪ੍ਰੋਟੈਕਸ਼ਨ ਵੀਜ਼ਾ ਨਾ ਪਾਓ ਇੱਕ ਕਲਸਾ ਵਿਕਮੈਂ ਇੱਥੇ ਤੁਹਾਨੂੰ ਰੋਕਣਾ ਚਾਹੁੰਨਾ ਕਿ ਇਹਦਾ ਮਤਲਬ ਇਹ ਹੋਇਆ ਕਿ ਇੱਕ ਬੰਦਾ ਆਇਆ ਉਹਦਾ ਵੀਜ਼ਾ ਲੱਗ ਗਿਆ ਉਹਨੂੰ ਆਣ ਕੇ ਕਿਸੇ ਨੇ ਸਲਾਹ ਦਿੱਤੀ ਹੋਊਗੀ ਕਿ ਭਾਈ ਆਹ ਕੰਮ ਸੂਤ ਹੈ ਇਦਾਂ ਕਹਿ ਦਿਓ ਕਿ ਭਾਈ ਸਾਨੂੰ ਤਾਂ ਉੱਥੇ ਬਹੁਤ ਵੱਡਾ ਖਤਰਾ ਸਾਡੇ ਤਾਂ ਸਿਆਸੀ ਸਥਿਰਤਾ ਪਾਈ ਕਰੀਏ ਕੀ ਉਹਨੇ ਕਰ ਦਿੱਤਾ ਸਾਰਾ ਕੁਝ ਉਹ ਅਜੇ ਅਦਬਚਾਲੇ ਤੁਰਿਆ ਫਿਰਦਾ ਤੇ ਮਗਰੋਂ ਉਹਦੇ ਬੱਚਿਆਂ ਦੇ ਵਿੱਚੋਂ ਕਿਸੇ ਨੇ ਅਪਲਾਈ ਕੀਤਾ ਤੇ ਅਗਲਿਆਂ ਨੇ ਪਿਛਲਾ ਇਤਿਹਾਸ ਨਾਲ ਨੱਥੀ ਕਰਕੇ ਕਹਿਤਾ ਕਿ ਭਾਈ ਵੀਜ਼ਾ ਨਹੀਂ ਮਿਲਣਾ ਮੈਂ ਇਹ ਜਾਣਨਾ ਚਾਹੁੰਨਾ ਹੈ ਕਿ ਅਸੀਂ ਤਾਂ ਪਿੰਡੋਂ ਪੁੱਛ ਕੇ ਤੁਰਨ ਵਾਲੇ ਬੰਦੇ ਆ ਕਿ ਭਾਈ ਕੱਪੜਾ ਲੈਣ ਚੱਲੇ ਆ, ਕਿਰਿਆਨਾ ਲੈਣ ਚੱਲੇ ਆ, ਪੰਸਾਰੀ ਦਾ ਸਮਾਨ ਲੈਣਾ, ਸ਼ਹਿਰ ਦੇ ਵਿੱਚ ਚੰਗੀ ਦੁਕਾਨ ਕਿਹੜੀ ਹੈ? ਸਾਨੂੰ ਆਪ ਨੂੰ ਬਹੁਤੀ ਜਾਣਕਾਰੀ ਪਿੰਡਾਂ ਵਾਲਿਆਂ ਨੂੰ ਜਾਂ ਛੋਟੇ ਸ਼ਹਿਰਾਂ ਵਾਲਿਆਂ ਨੂੰ ਹੁੰਦੀ ਨਹੀਂ। ਇਹ ਸੱਤ ਸਮੁੰਦਰੋਂ ਪਾਰ ਆ ਕੇ ਇਹ ਕੌਣ ਕਹਿ ਦਿੰਦਾ ਕਿ ਭਾਈ ਆਹ ਇੱਕ ਢੰਗ ਤਰੀਕਾ ਹੈਗਾ ਇਦਾਂ ਕਰ ਲਓ? ਇਹਨਾਂ ਨੂੰ ਜਣੀ ਸਲਾਹ ਕੌਣ ਦੇ ਦਿੰਦਾ ਕਿਉਂਕਿ ਆਪ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਆਪ ਇੰਨੀ ਜੋਗਾ ਹੁੰਦਾ। ਵਾਟਸਐਪ ਪਹਿਲਾਂ ਮੈਨੂੰ ਇਸ ਗੱਲ ਦਾ ਆਨਸਰ ਦਿਓ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਤੁਸੀਂ ਬੜੀ ਕਿਤਾਬ ਵੀ ਲਿਖੀ ਤੁਸੀਂ ਉਸ ਚੀਜ਼ ਤੇ ਜੀ ਜਿਹੜੇ ਬੰਦੇ ਇਲੀਗਲ ਆ ਕੇ ਇੱਥੇ ਪ੍ਰਵਾਸ ਕਰਦੇ ਆ ਇਲੀਗਲ ਵੀਜ਼ਿਆਂ ਤੇ ਹੁੰਦੇ ਆ ਡੌਂਕੀਆਂ ਲਾ ਕੇ ਆਉਂਦੇ ਆ ਜਾਂ ਵਿਜ਼ਟਰ ਵੀਜ਼ਿਆਂ ਤੇ ਆ ਕੇ ਕੰਡੀਸ਼ਨ ਅਬਿਊਜ਼ ਕਰਦੇ ਉਹਨਾਂ ਚ ਬਹੁਤ ਹੀ ਗਿਣਤੀ ਪਿੰਡਾਂ ਵਾਲਿਆਂ ਦੀ ਹੁੰਦੀ ਹੈ ਕਿ ਸ਼ਹਿਰਾਂ ਨਾਲ ਗੱਲ ਠੀਕ ਹੈ ਤੁਹਾਡੀ ਪਿੰਡਾਂ ਵਾਲਿਆਂ ਦੀ ਹੁੰਦੀ ਹੈ ਇਹ ਜਿਹੜੇ ਬੰਦੇ ਇੱਥੇ ਆਉਂਦੇ ਆ ਨਾ ਉਹਨਾਂ ਨੂੰ ਪਿੰਡੋਂ ਚੱਲ ਕੇ ਪਤਾ ਹੁੰਦਾ ਵੀ ਤੁਸੀਂ ਵਿਜ਼ਟਰ ਵੀਜ਼ੇ ਤੇ ਜਾ ਕੇ ਆਹ ਪ੍ਰੋਟੈਕਸ਼ਨ ਵੀਜ਼ਾ ਪਾਉਣ ਬਿਲਕੁਲ ਠੀਕ ਹੈ ਤੇ ਮੁੜ ਕੇ ਸਾਡੇ ਵਰਗੇ ਨੂੰ ਸਲਾਹ ਦਿੰਦੇ ਆ ਵੀ ਜੇ ਮੈਂ ਉਹਦੇ ਬੱਚੀ ਦਾ ਵੀਜ਼ਾ ਪਾਉਣਾ ਹੁੰਦਾ ਜੇ ਮੈਂ ਉਹਦਾ ਨਾਂ ਹੀ ਨਾ ਲਿਖਾ ਹੁੰਦਾ ਹੂੰ ਹੂੰ ਇਹ ਉਹਨਾਂ ਨੂੰ ਪਤਾ ਹੁੰਦਾ ਮਤਲਬ ਕਿ ਸਾਡਾ ਤਾਂ ਦਿਮਾਗ ਹੀ ਵਾਟਸਐਪ ਉੱਠੇ ਪੱਸਾ ਚੱਲਦਾ ਬਿਲਕੁਲ ਠੀਕ ਹੈ ਹੂੰ ਹੂੰ ਅਗਲੇ ਜਿਹੜੇ ਟੌਪਿਕ ਤੇ ਆਉਣਾ ਉਹ ਆਹੀ ਰੀਜ਼ਨ ਆ ਵੀ ਯੂਨੀਵਰਸਿਟੀਆਂ ਵੀ ਸਾਨੂੰ ਜਵਾਬ ਦੇਣ ਲੱਗੀਆਂ ਠੀਕ ਆ ਜਿਹੜੇ ਸੱਜਣ ਇੰਡੀਆ ਤੋਂ ਆਉਂਦੇ ਆ ਉਹ ਹਰ ਸਾਲ ਜੇ ਇੱਥੇ 2 ਮਹੀਨੇ ਲਾ ਕੇ ਜਾਂਦੇ ਆ ਆਪਣੇ ਭੈਣ ਭਰਾ ਕੋਲੇ ਇਮੀਗ੍ਰੇਸ਼ਨ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਤੁਸੀਂ ਆ ਜਾ ਸਕਦੇ ਹੋ ਕੋਈ ਚੱਕਰ ਨਹੀਂ ਉਹਨਾਂ ਨੂੰ ਵਿਜ਼ਿਟਰ ਹੀ ਮੰਨਦੀ ਹੈ ਪਰ ਜੇ ਤੁਸੀਂ ਆ ਕੇ ਇੱਥੇ ਤੁਹਾਡੀ ਸਟੂਡੈਂਟ ਵੀਜ਼ੇ ਦੀ ਐਲੀਜੀਬਿਲਟੀ ਬਣਦੀ ਨਹੀਂ ਹੈਗੀ ਠੀਕ ਹੈ ਤੁਸੀਂ ਅੱਗੇ ਇੱਥੇ ਰਹਿਣ ਦੇ ਜਗਾੜ ਲਈ ਇੱਕ ਫੇਕ ਪ੍ਰੋਟੈਕਸ਼ਨ ਕਲੇਮ ਕਰਦੇ ਹੋ ਉਹ ਤਾਂ ਕੋਈ ਗੱਲ ਨਾ ਨਾ ਬਣੀ ਪਿੱਛੇ ਤੁਹਾਡਾ ਟੱਬਰ ਵੀ ਹੈ ਕਰਦੇ ਤੁਸੀਂ ਉਹਨਾਂ ਲਈ ਪਰ ਜਿਹੜਾ ਟੱਬਰ ਦਾ ਜਵਾਬ ਜੇ ਤੁਸੀਂ ਸਾਰਾ ਕੁਝ ਝੋਕਿਆ ਹੋਇਆ ਪੂਰੇ ਪੈਸੇ ਲਾਏ ਹੋਏ ਨੇ ਉਹਦੇ ਤੇ ਉਹਦੇ ਪੜ੍ਹਾਈ ਦੇ ਮਾਰਕਸ ਵੀ ਚੰਗੇ ਨੇ ਉਦੋਂ ਬਾਅਦ ਜੇ ਤੁਸੀਂ ਉਹਨੂੰ ਆਸਟ੍ਰੇਲੀਆ ਲੈ ਕੇ ਆਉਣਾ ਅੱਜ ਤੱਕ ਮੈਂ ਇਦਾਂ ਦਾ ਕੇਸ ਸੁਣਿਆ ਨਹੀਂ ਸੀ ਜਦੋਂ ਆਹ ਚੀਜ਼ ਮੇਰੇ ਸਾਹਮਣੇ ਆਈ ਹੈ ਤਾਂ ਮੈਨੂੰ ਲੱਗਿਆ ਵੀ ਇਹ ਚੀਜ਼ ਹੋ ਤਾਂ ਕਿੰਨੇ ਸਾਲਾਂ ਦੀ ਰਹੀ ਹੈ ਜੀ ਪਰ ਇਹ ਤਾਂ ਕੋਈ ਬੋਲ ਹੀ ਨਹੀਂ ਰਿਹਾ ਪਿਛਲੇ 7 ਸਾਲਾਂ ਦੇ ਵਿੱਚ WhatsApp ਮੈਂ ਤਾਂ ਕਦੇ ਪ੍ਰੋਟੈਕਸ਼ਨ ਵੀਜ਼ਾ ਪਾਇਆ ਨਹੀਂ ਹੈਗਾ ਇੰਡੀਅਨ ਸਿਟੀਜ਼ਨ ਕਿਉਂਕਿ ਐਲੀਜੀਬਲ ਹੀ ਨਹੀਂ ਹੈਗਾ ਜੇ ਕੋਈ ਪਹਿਲਾਂ ਇੱਕਾ ਦੁੱਕਾ ਕੇਸ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਮਿਲੀ ਵੀ ਹੋ ਇਹ ਗਾਰੰਟੀ ਆ ਉਹ ਕਲੇਮ ਸਾਰੇ ਫੇਕ ਨੇ ਹੁਣ 2000 ਤੋਂ ਬਾਅਦ ਇੰਡੀਆ ਦੇ ਵਿੱਚ ਐਡੀ ਵੀ ਕੋਈ ਅਤ ਨਹੀਂ ਮੱਚੀ ਹੋਈ ਵੀ ਪੋਲੀਟੀਕਲ ਅਨਰੈਸਟ ਆ ਵੀ ਸਾਨੂੰ ਉੱਥੇ ਜਾਨ ਦਾ ਖਤਰਾ ਠੀਕ ਹੈ ਸਾਰੇ ਕਲੇਮ ਫੇਕ ਲਾਏ ਜਾਂਦੇ ਨੇ ਸਾਡਾ ਤਾਂ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਨ ਦਾ ਮਤਲਬ ਇਹ ਹੈ ਵੀ ਵਿਜ਼ਟਰ ਵੀਜ਼ ਤੋਂ ਬਾਅਦ ਚ ਆ ਕੇ ਇੱਥੇ ਕੋਈ ਇਦਾਂ ਦਾ ਵੀਜ਼ਾ ਨਾ ਪਾਓ ਜਿੱਥੇ ਤੁਹਾਡੇ ਕਲੇਮ ਫੇਕ ਹੋਣ ਤੇ ਉਹ ਵੀਜ਼ਾ ਤੁਹਾਡਾ ਰਿਫਿਊਜ਼ ਹੋ ਜਾਏ ਅੱਗੇ ਇਹ ਅਗਲੇ ਤੁਹਾਡੇ ਬੱਚੇ ਦੇ ਵੀਜ਼ਾ ਪਾਉਣ ਤੋਂ ਬਾਅਦ ਤੁਹਾਡਾ ਸਿਸਟਮ ਵੀ ਉਹ ਖੋਲ ਲੈਣ ਵੇਗਾ ਅੱਗੇ ਮੈਂ ਹੁਣ ਤੱਕ ਮੈਂ ਦੇਖਿਆ ਹੁਣ ਤੱਕ ਜੀਵਾਨ ਸਾਹਿਬ ਮੈਂ ਦੇਖਿਆ ਸੀ ਪਿਛਲੇ ਹਫਤੇ ਜਦੋਂ ਕੇਸ ਸਾਹਮਣੇ ਆਇਆ ਫਿਰ ਮੈਨੂੰ ਲੱਗਿਆ ਜਣੀ ਨਵਜੋਤ ਭਾਜੀ ਕੁੱਲ ਮਿਲਾ ਕੇ ਕਹਿਣ ਦੀ ਗੱਲ ਇਹ ਆ ਕਿ ਜਾਣੇ ਵਿੱਚ ਅਣਜਾਣੇ ਵਿੱਚ ਬਾਈਪਾਸ ਲੱਭਦਿਆਂ ਕਾਲੀ ਕਰਦਿਆਂ ਜਿਹੜੇ ਆਪਣੇ ਬੱਚਿਆਂ ਦੇ ਲਈ ਕਿਉਂਕਿ ਸਾਡਾ ਸਭ ਤੋਂ ਵੱਡਾ ਤਰਕ ਇਹ ਹੁੰਦਾ ਕਿ ਭਾਈ ਸਾਡੀ ਤਾਂ ਚਲੋ ਲਾਂਘੀ ਕੱਲ ਨੂੰ ਨਿਆਣੇ ਕੀ ਕਰਨਗੇ ਨਿਆਣਿਆਂ ਲਈ ਭੱਜੇ ਫਿਰਦੇ ਆ ਜਣੀ ਜਿਨ੍ਹਾਂ ਲਈ ਭੱਜੇ ਫਿਰਦੇ ਆ ਜਿਨ੍ਹਾਂ ਲਈ ਹੱਡ ਤੜਾਉਨੇ ਆ ਕਿਤੇ ਜਾਣੇ ਅਣਜਾਣੇ ਦੇ ਵਿੱਚ ਬਾਈਪਾਸ ਲੱਭਦਿਆਂ ਉਹਨਾਂ ਦੇ ਰਾਹ ਜਿਹੜੇ ਆ ਉਹਦੇ ਮੂਰੇ ਪੱਕੀ ਸੀਮੈਂਟ ਵਾਲੀ ਕੰਧ ਨਾ ਕਿਤੇ ਕਰਦੀ ਹੈ ਬਚਣਾ ਚਾਹੀਦਾ ਇਹ ਹੀ ਨਿਚੋੜ ਹੈ ਜੀ ਹਾਂਜੀ ਨਿਚੋੜ ਇਹੀ ਆ WhatsApp ਮੇਰਾ ਮੰਨਣਾ ਤਾਂ ਇਹ ਹੈ ਜੀ ਘੱਟ ਖਾਲੋ ਜੀ ਓਕੇ ਓਕੇ ਇੰਡੀਆ ਚ ਕਮਾਈ ਕਰ ਲਓ ਜੇ ਤੁਹਾਡਾ ਬੱਚਿਆਂ ਤੇ ਫੋਕਸ ਆ ਉਹ ਆਲਰੇਡੀ 6ਵੀਂ 7ਵੀਂ ਜਾਏਗਾ ਉਹਨਾਂ ਤੇ ਜ਼ੋਰ ਲਾ ਦਿਓ ਪੂਰਾ ਆਪਾਂ ਕਰ ਦੇਤਾ ਉਹਨਾਂ ਲਈਆਂ ਕਿਉਂਕਿ 12ਵੀਂ ਤੋਂ ਬਾਅਦ ਜੇ ਉਹਨਾਂ ਦੀ ਪੜ੍ਹਾਈ ਚੰਗੀ ਆ ਉਹਨਾਂ ਨੇ ਇੱਥੇ ਆਰਾਮਨਾਰ ਪਹੁੰਚ ਜਾਣਾ ਜੋ ਪਹੁੰਚ ਗਏ ਜਿਸ ਵੀ ਸੌਖੇ ਤੁਹਾਡਾ ਵੀ ਆਉਣ ਜਾਣ ਖੁੱਲ ਜਾਣਾ ਉਸ ਤੋਂ ਬਾਅਦ ਇਹ ਮੈਨੂੰ ਤੁਹਾਡੀ ਇੰਨੀ ਗੱਲ ਸਮਝ ਆ ਗਈ ਨਵਜੋਤ ਭਾਜੀ ਉਹ ਨਾਲ ਜੁੜਦੀ ਗੱਲ ਮੈਂ ਪੁੱਛਣੀ ਆ ਪਿਛਲੇ 5-7 ਦਿਨਾਂ ਤੋਂ ਫੇਰ ਖਬਰਾਂ ਚੱਲ ਰਹੀਆਂ ਨੇ ਮੀਡੀਆ ਦੇ ਵਿੱਚ ਤੁਸੀਂ ਮਹੀਨਾ ਡੇਢ ਮਹੀਨਾ ਪਹਿਲਾਂ ਇਸੇ ਪ੍ਰਾਈਮ ਪ੍ਰਵਾਸ ਪ੍ਰੋਗਰਾਮ ਦੇ ਵਿੱਚ ਪ੍ਰਾਈਮੇਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਸੀ ਕਿ ਭਾਈ ਐਲਾਨ ਕੋਈ ਨਹੀਂ ਪਰ ਪੰਜਾਬ ਸਮੇਤ ਕੁਝ ਇੱਕ ਸੂਬੇ ਦੇ ਜਿਹੜੇ ਖਾਸ ਕਿਸਮ ਦੇ ਜਿਹੜੇ ਇੱਕ ਸਟੂਡੈਂਟ ਨੇ ਅੰਤਰਰਾਸ਼ਟਰੀ ਪੱਧਰ ਤੇ ਆਉਣਾ ਚਾਹੁੰਦੇ ਆ ਕਿਤੇ ਨਾ ਕਿਤੇ ਸੰਗੀ ਨੱਪਣ ਲੱਪੇ ਅਗਲੇ ਵੀਜ਼ਾ ਦੇਣ ਲੱਗਿਆਂ ਪਰ ਹੁਣ ਜਿਹੜੀਆਂ ਇੱਕਦਮ ਖਬਰਾਂ ਅਗਲੇ ਪਾਸੇ ਨੂੰ ਆਈਆਂ ਕੁਝ ਨਵਾਂ ਹੋ ਗਿਆ ਜੇ ਪੁਰਾਣੀਆਂ ਖਬਰਾਂ ਨੂੰ ਨਵਾਂ ਰੰਗ ਕਰਕੇ ਪੇਸ਼ ਕੀਤਾ ਜਾ ਰਿਹਾ ਜੀ ਨਹੀਂ ਉਹ ਪੁਰਾਣੀਆਂ ਹੀ ਖਬਰਾਂ ਨੇ ਬਾਟ ਸਾਹਿਬ ਸ਼ਾਇਦ ਉਹਨਾਂ ਕੋਲੇ ਹੁਣ ਪਹੁੰਚੀਆਂ ਨੇ ਜ਼ਿਆਦਾਤਰ ਮੈਂ ਕੈਨੇਡਾ 'ਚ ਹੀ ਘੁੰਮਦੀਆਂ ਦੇਖੀਆਂ ਨੇ ਕੈਨੇਡਾ ਦੇ ਚੈਨਲਸ ਤੇ ਮੈਂ ਵੀ ਸੁਣੀਆਂ ਨੇ ਇਹ ਪਰ ਜਿਹੜਾ ਯੂਨੀਵਰਸਿਟੀਆਂ ਦਾ ਸਕੰਜਾ ਜੀ ਉਹ ਉਨਾ ਹੀ ਟਾਈਟ ਆ ਮੈਨੂੰ ਖੁਦ ਨੂੰ ਵੀ ਤਿੰਨ ਜਾਂ ਚਾਰ ਐਜੂਕੇਸ਼ਨ ਪ੍ਰੋਵਾਈਡਰਸ ਦੀ ਮੇਲ ਆਈ ਆ ਵੀ ਗੁਜਰਾਤ ਹਰਿਆਣਾ ਪੰਜਾਬ UP ਤੇ Rajasthan ਤੋਂ ਅਸੀਂ ਅਜੇ ਟੈਂਪਰੇਰੀਲੀ ਸਟੂਡੈਂਟ ਨਹੀਂ ਲੈਣੇ ਠੀਕ ਆ ਪਰ ਇਹ ਜਿਹੜਾ ਕਹਾਣੀ ਆ ਇਹ ਸਾਰੀਆਂ ਯੂਨੀਵਰਸਿਟੀਆਂ ਦੀ ਨਹੀਂ ਹੈ ਅਜੇ ਵੀ ਕਈ ਯੂਨੀਵਰਸਿਟੀਆਂ ਇਦਾਂ ਦੀਆਂ ਨੇ ਜਿਹੜੀਆਂ ਪੰਜਾਬ ਤੇ ਹਰਿਆਣਾ ਦੇ ਰਾਤ ਇਹਨਾਂ ਸਟੇਟਸ ਤੋਂ ਸਟੂਡੈਂਟ ਨੂੰ ਐਕਸੈਪਟ ਕਰ ਰਹੀਆਂ ਨੇ ਉਹਦਾ ਰੀਜ਼ਨ ਵੀ ਵਟਸਐਪ ਇਹੀ ਆ ਇਹਨਾਂ ਸਟੇਟਸ ਦੇ ਵਿੱਚੋਂ ਫੇਕ ਡਾਕੂਮੈਂਟਸ ਬਹੁਤ ਜ਼ਿਆਦਾ ਲੱਗਦੇ ਸੀਗੇ ਤੇ ਇਸ ਕਰਕੇ ਉਹਨਾਂ ਨੇ ਹੁਣ ਸਾਰਿਆਂ ਨੂੰ ਇੱਕੋ ਬੁਰਸ਼ ਦੇ ਨਾਲ ਹੀ ਰੱਖਤਾ ਠੀਕ ਹੁਣ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਰਿਲੈਕਸ ਹੋਣਗੇ ਕਿਉਂਕਿ ਲੌਬੀ ਬਹੁਤ ਹੋਈ ਜਾਂਦੀ ਹੈ ਵੀ ਤੁਸੀਂ ਵੀਜ਼ਾ ਕੋਲੋ ਵੀਜ਼ਾ ਕੋਲੋ ਪਰ ਹੁਣ ਚਾਹੇ ਪਰਿਵਾਰ ਦੇ ਕੁਝ ਮੈਂਬਰ ਮੈਨੂੰ ਗਲਤ ਵੀ ਬੋਲਣਗੇ ਇੰਨਾ ਕੁਝ ਆਉਣ ਤੋਂ ਬਾਅਦ باوجود WhatsApp ਮੈਨੂੰ ਕੋਈ ਫਰਕ ਨਹੀਂ ਪਿਆ ਲੱਗਦਾ ਜਾਲੇ ਡਾਕੂਮੈਂਟ ਨਾਲ ਜੀ ਤੇ ਕੱਲ ਰਾਤ ਹੀ ਮੈਂ ਤੁਹਾਡੇ ਨਾਲ ਚੱਲ ਰਿਹਾ ਕੱਲ ਰਾਤ ਹੀ ਫੋਨ ਲਾ ਕੇ ਹਟਿਆ ਜੀ ਹਜੇ ਕਿਸੇ ਦਾ ਫੋਨ ਆਇਆ ਬਿੰਡੋ ਹਮ ਹਮ ਉਹਦੇ ਕੋਲੇ ਫੰਡ ਹੈ ਨਹੀਂ ਸੀ ਪੈਸੇ ਦੇ ਕੇ ਫੰਡਾਂ ਦਾ ਜਿਗਾੜ ਕੀਤਾ ਯਾਰ ਫੰਡਸ ਜੀ 5-6 ਮਹੀਨੇ ਹੋ ਗਏ ਵਿਆਜ ਦੇਈ ਜਾਂਦਾ ਉਹਨਾਂ ਨੂੰ ਜਿਹੜੇ ਕੋਈ ਏਜੰਟ ਨੇ ਵੀਜ਼ਾ ਪਾਇਆ ਹੈ ਮਤਲਬ ਮੈਨੂੰ ਸਮਝ ਨਹੀਂ ਲੱਗਦੀ ਵੀ ਇਤੋਂ ਵੱਡਾ ਤਾਂ ਕੋਈ ਪਲੇਟਫਾਰਮ ਨਹੀਂ ਹੈਗਾ ਪੰਜਾਬੀਆਂ ਦਾ ਜਿੱਡਾ ਪ੍ਰਾਈਮੇਰੀ ਠੀਕ ਆ ਆਲਮੋਸਟ 2 ਮਿਲੀਅਨ ਲੋਕ 20 ਲੱਖ ਜਾਣੇ ਆਪਣੇ ਇੱਥੇ YouTube ਤੇ ਸਬਸਕ੍ਰਾਈਬਰ ਨੇ ਆਪਾਂ ਪਿੱਟ ਪਿੱਟ ਕੇ ਪਿਛਲੇ ਕਿੰਨੇ ਸਾਲਾਂ ਤੋਂ ਇਹ ਚੀਜ਼ ਦੱਸੀ ਜਾਂਦੇ ਆ ਵੀ ਗਲਤ ਢੰਗ ਨਾਲ ਵੀਜ਼ਾ ਨਾ ਪਾਉਣ ਫੰਡਸ ਦੀ ਗੱਲ ਕਰਦੇ ਆ ਆਪਾਂ ਪੈਸੇ ਦੇ ਦਿੰਨੇ ਆ ਜੀ ਹਮਮ ਇੰਨੇ ਪੈਸੇ ਦੇਣ ਨਾਲ ਤਾਂ 5-6 ਮਹੀਨੇ ਤੁਸੀਂ ਆਪਦੇ ਖਾਤੇ ਜੀ ਰੱਖ ਲਓ ਕਿਸੇ ਤੋਂ ਫੜ ਤੜ ਕੇ ਰੱਖ ਲਓ ਵਿਆਜ ਤੇ ਲੈ ਕੇ ਰੱਖ ਲਓ ਤੁਸੀਂ ਆਪਣੀ ਐਗਰੀਕਲਚਰ ਇਨਕਮ ਦੀ ਟੈਕਸ ਰਿਟਰਨ ਭਰਦੇ ਹੋ ਤੇ ਜ਼ੀਰੋ ਟੈਕਸ ਆ ਕੋ ਪੈਸਾ ਨਹੀਂ ਲੱਗਦਾ ਤੁਸੀਂ ਆਪਣੇ ਕਿਸੇ ਚੰਗੇ ਬੰਦੇ ਨੂੰ ਮਿਲ ਕੇ ਪਹਿਲਾਂ ਤੋਂ ਹੀ ਤਿਆਰੀ ਕਰ ਚਲੋ ਕਿਉਂ ਉਹਨਾਂ ਲੋਕਾਂ ਨੂੰ ਵਿਚੋਲਿਆਂ ਨੂੰ ਪੈਸੇ ਦੇ ਜਾਨੇ ਉਹਨਾਂ ਦਾ ਨੁਕਸਾਨ ਕੋਈ ਨਹੀਂ ਹੋਣਾ ਤੁਹਾਡੀ ਫਾਈਲ ਦਾ ਨੁਕਸਾਨ ਹੈ ਬਿਲਕੁਲ ਠੀਕ ਹੈ ਇੱਕ ਨਵਜੋਤ ਜੀ ਜੇ ਤੁਸੀਂ ਇਹ ਗੱਲ ਨੂੰ ਸਮਾਪਤ ਕਰ ਲਿਆ ਜੇ ਕੁਝ ਹੋਰ ਕਹਿਣਾ ਤੁਸੀਂ ਜ਼ਰੂਰ ਕਹਿ ਦਿਓ ਮੈਨੂੰ ਨਾਲ ਲੱਗਦਾ ਇੱਕ ਸਵਾਲ ਪੁੱਛਣਾ ਕਈ ਵਾਰੀ ਸਾਨੂੰ ਵੀ ਸਾਡੇ ਸੱਜਣ ਪੁੱਛ ਲੈਂਦੇ ਆ ਕਿਉਂਕਿ ਅੱਜ ਤੱਕ ਜਿਹੜਾ ਬੰਦਾ ਕੋਈ ਸਲਾਹ ਲੈਣ ਆਇਆ ਜਿਸ ਉਹਨਾਂ ਨੂੰ ਐ ਲੱਗਦਾ ਹੁੰਦਾ ਕਿ ਭਾਈ ਚਲੋ ਇਹ ਵਿਚਰਦੇ ਨੇ ਸ਼ਾਇਦ ਇਹਨਾਂ ਨੂੰ ਪਤਾ ਹੋਵੇਗਾ ਆਮ ਕਹਿਣਾ ਹੁੰਦਾ ਜੀ ਬੱਚਾ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦਾ ਬਹੁਤ ਘੱਟ ਲੋਕ ਨੇ ਜਿਹੜੇ ਇਹ ਕਹਿੰਦੇ ਆ ਜੀ ਬੱਚਾ ਆ ਪੜ੍ਹਨ ਵਿਦੇਸ਼ ਜਾਣਾ ਚਾਹੁੰਦਾ ਕਿ ਇੱਕ ਖਾਸ ਵਿਸ਼ੇ ਦੀ ਉਹਨੇ ਪੜ੍ਹਾਈ ਕਰਨੀ ਉਹਦਾ ਇਹਦੇ ਵਿੱਚ ਇੰਟਰਸਟ ਹੈ ਇਹ ਹੁੰਦਾ ਕਿ ਭਾਈ ਬੱਚਾ ਵਿਦੇਸ਼ ਪੜਨ ਜਾਣਾ ਚਾਹੁੰਦਾ ਕੋਈ ਉਬ ਕਿਸੇ ਤੋਂ ਪੁੱਛ ਕੇ ਦੱਸੋ ਕਿ ਭਾਈ ਪੜ੍ਹਾਈ ਸੌਖੀ ਕਿੱਥੇ ਆ ਫੀਸ ਠੀਕ ਠਾਕ ਜੀ ਕਿੱਥੇ ਆ ਤੇ ਪੱਕੇ ਛੇਤੀ ਨਿਆਣਾ ਕਿਦਾਂ ਹੋ ਜਾਂਦਾ ਇੱਥੇ ਤੱਕ ਗੱਲ ਬਹੁਤਿਆਂ ਦੀ ਸੀਮਤ ਹੁੰਦੀ ਆ ਮੈਂ ਇਹ ਨਹੀਂ ਕਹਿਣਾ ਕਿ ਉਹ ਜਾਣ ਬੁੱਝ ਕੇ ਕਰਦੇ ਆ ਮਜਬੂਰੀ ਹੋ ਸਕਦੀ ਆ ਪਰ ਕੋਈ ਵਿਰਲਾਟਾ ਮਾ ਹੁੰਦਾ ਪੰਜ 700 ਦੇ ਵਿੱਚੋਂ ਇੱਕ ਜਿਹੜਾ ਕਹਿੰਦਾ ਜੀ ਮੇਰਾ ਬੱਚਾ ਜਾਂ ਮੇਰੀ ਬੱਚੀ ਆਹ ਸਬਜੈਕਟ ਪੜਨਾ ਜਾਉਂਦੇ ਸਾਈਕੋਲੋਜੀ ਲਾ ਲੋ ਕਿ ਮੇਰਾ ਬੱਚਾ ਬੱਚੀ ਸਾਈਕੋਲੋਜੀ ਪੜ੍ਹਨਾ ਚਾਹੁੰਦੇ ਆ ਤੁਸੀਂ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਦੱਸੋ ਜੀ ਚੰਗੀ ਯੂਨੀਵਰਸਿਟੀ ਕਿਹੜੀ ਹੈ ਚੰਗਾ ਪ੍ਰੋਵਿੰਸ ਕਿਹੜਾ ਹੈ ਜਿੱਦੇ ਨਾਲ ਥੋੜੀ ਜਿਹਾ ਭੁਵਿੱਖ ਵੀ ਠੀਕ ਰਹੇ ਉੱਥੇ ਜਾ ਕੇ ਸਾਡੇ ਹੱਥ ਖੜੇ ਹੋ ਜਾਂਦੇ ਕਿਉਂਕਿ ਜਦੋਂ ਇਦਾਂ ਦਾ ਕੋਈ ਸਵਾਲ ਆਉਂਦਾ ਹੈ ਕੀ ਤੁਹਾਡੇ ਤੱਕ ਆਪਣੇ ਭਾਈਚਾਰੇ ਦਾ ਕਦੇ ਇਦਾਂ ਦਾ ਸਵਾਲ ਆਇਆ ਤੇ ਜੇ ਉਹ ਸਵਾਲ ਆਵੇ ਤਾਂ ਤੁਹਾਨੂੰ ਔਖਾ ਔਖਾ ਲੱਗਦਾ ਹੁੰਦਾ ਕਿ ਤੁਹਾਨੂੰ ਠੀਕ ਲੱਗਦਾ ਹੁੰਦਾ ਯਾਰ ਭੀ ਇਹ ਵੀ ਚੀਜ਼ ਚੰਗੀ ਹੈ ਦੇਖੋ ਬਾਟਸਾ ਜਦੋਂ ਕੋਈ ਮੈਨੂੰ ਇਦਾਂ ਦਾ ਸਵਾਲ ਪੁੱਛਦਾ ਜੀ ਮੈਨੂੰ ਤਾਂ ਬਹੁਤ ਪੰਜਾਬੀ ਘੱਟ ਪੁੱਛਦੇ ਆ ਸਾਊਥ ਇੰਡੀਅਨ ਤਾਂ ਸਵਾਲ ਇਹ ਪੁੱਛਦੇ ਜੇ ਕਿਸੇ ਨੇ ਹਾਂਗਕਾਂਗ ਤੋਂ ਵੀਜ਼ਾ ਪਾਉਣਾ ਉਹਨਾਂ ਨੇ ਸਵਾਲ ਇਹ ਪੁੱਛਣਾ ਜੇ ਕੋਈ ਚਾਈਨਾ ਤੋਂ ਆਉਣਾ ਜ਼ਿਆਦਾਤਰ ਉਹਨਾਂ ਨੇ ਇਹੀ ਸਵਾਲ ਪੁੱਛਣਾ ਪਰ ਅੱਜ ਕੱਲ ਪੰਜਾਬ ਦੇ ਵਿੱਚ ਵੀ ਅਵੇਰਨੈਸ ਹੋ ਚੁੱਕੀ ਆ ਬਹੁਤ ਸਾਰੇ ਪੇਰੈਂਟਸ ਇਦਾਂ ਦੇ ਆ ਜਿਹੜੇ ਘਰੋਂ ਸੌਖੇ ਆ ਇਹ ਉਹ ਆਪਣੇ ਬੱਚੇ ਨੂੰ ਉਹੀ ਕੋਰਸ ਕਰਾਉਣਾ ਚਾਹੁੰਦੇ ਜਿਹਦੇ ਵਿੱਚੋਂ ਦਾ ਕੈਰੀਅਰ ਬਣ ਜਵੇ بڑے ਬੱਚੇ ਇਦਾਂ ਦੇ ਨੇ ਜਿਨ੍ਹਾਂ ਨੇ ਇੱਥੇ ਜਿਹੜੇ ਸਿਵਲ ਇੰਜੀਨੀਅਰ ਬਣੇ ਆ ਬੜੇ ਇਦਾਂ ਦੇ ਨੇ ਜਿਹੜੇ ਮਕੈਨਿਕਲ ਇੰਜੀਨੀਅਰ ਬਣਦੇ ਆ ਨਰਸਸ ਤਾਂ ਕਿੰਨੀਆਂ ਹੀ ਨੇ ਅੱਜ ਕੱਲ ਸੋਸ਼ਲ ਵਰਕਰ ਬੜੇ ਵੱਣ ਲੱਗ ਗਏ अर्ਲੀ ਚਾਈਲਡਹੂਡ ਟੀਚਰ ਸੈਕੰਡਰੀ ਟੀਚਰ ਐਦਾਂ ਦੇ ਕੋਰਸਸ ਆਪਣੇ ਬੱਚੇ ਕਰ ਰਹੇ ਨੇ ਅੱਗੇ ਨਾਲੋਂ ਇਹਨਾਂ ਦੀ ਗਿਣਤੀ ਵਧੀਆ ਠੀਕ ਆ ਉਹਦਾ ਰੀਜ਼ਨ ਕੀ ਆ ਉਹ ਕੋਰਸ ਕਰਕੇ ਉਹਨਾਂ ਨੂੰ ਉਹ ਕੈਰੀਅਰ ਮਿਲ ਜਾਂਦਾ ਪਰ ਤੁਹਾਡੀ ਗੱਲ ਵੀ ਸੱਚ ਆ ਜਿਹੜੇ ਬੱਚੇ ਵਿਚਾਰੇ ਘਰੋਂ ਊਨੇ ਹੁੰਦੇ ਆ ਹੁਣ ਉਹਨਾਂ ਨੂੰ ਉਹ ਜਿਹੜੀ 15-16000 ਡਾਲਰ ਫੀਸ ਆ ਉਹ ਕਾਫੀ ਜ਼ਿਆਦਾ ਲੱਗਦੀ ਆ ਜੀ ਫਿਰ ਉਹਨਾਂ ਲਈ ਉਹ ਟ੍ਰੇਡ ਕੋਰਸਸ ਆ ਜਾਂਦੇ ਆ ਮੈਂ ਉਹਨਾਂ ਨੂੰ ਮੇਰੀ ਸਲਾਹ ਇਹੀ ਆ ਵੀ ਜਿਹੜੇ ਟ੍ਰੇਡ ਦੇ ਵਿੱਚ ਤੁਹਾਡਾ ਇੰਟਰਸਟ ਆ ਤੁਸੀਂ ਜੇ ਚੇਂਜ ਕਰਨਾ ਕੋਰਸ ਫਿਰ ਉਧਰ ਨੂੰ ਜਾਓ ਤਾਂ ਕਿ ਉਹਦੇ ਵਿੱਚ ਤੁਹਾਨੂੰ ਜੈਨੂਇਨ ਨੌਕਰੀ ਮਿਲ ਜੇ ਮੈਂ ਫੇਰ ਪਰਿਵਾਰ ਦੇ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਜਿਹੜੀ ਪਰਮਨੈਂਟ ਰੈਜ਼ਿਡੈਂਸੀ ਆ ਚਾਹੇ ਉਹ ਕੈਨੇਡਾ ਦੀ ਆ ਚਾਹੇ ਉਹ ਇੱਥੇ ਦੀ ਆ ਚਾਹੇ ਉਹ ਨਿਊਜ਼ੀਲੈਂਡ ਦੀ ਆ ਕੈਨੇਡਾ ਦੇ ਵਿੱਚ ਥੋੜੀ ਜੀ ਸੌਖੀ ਮਿਲ ਜਾਂਦੀ ਆ ਕੋਈ ਵੀ ਜੌਬ ਆਪਾਂ ਕਰ ਸਕਦੇ ਆ ਪਰ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਕੇਸਸ ਦੇ ਵਿੱਚ ਤੁਹਾਡਾ ਪੱਕੇ ਹੋਣ ਦਾ ਰਾ ਉਦੋਂ ਖੁੱਲਣਾ ਜਦੋਂ ਤੁਸੀਂ ਆਪਣੇ ਜਿਹੜੀ ਕਿੱਤੇ ਦੀ ਪੜ੍ਹਾਈ ਕੀਤੀ ਆ ਉਹਦੇ ਵਿੱਚ ਨੌਕਰੀ ਲੱਭ ਲਓ ਤਾਂ ਹੀ ਖੁੱਲਦਾ ਇਦਾਂ ਦੇ ਸਵਾਲ ਆਉਂਦੇ ਨੇ ਬਾਟਸਾਬ ਤੇ ਮੈਨੂੰ ਬੜੀ ਖੁਸ਼ੀ ਵੀ ਹੁੰਦੀ ਆ ਜਦੋਂ ਉਹਦੇ ਬੱਚਿਆਂ ਨਾਲ ਗੱਲ ਕਰੀਦੀ ਆ ਫਿਰ ਅੱਧਾ ਪਣਾ ਘਾਟਾ ਵੱਧ ਵੀ ਲਾ ਦਈਦਾ ਵੀ ਤੁਸੀਂ ਭਾਈ ਇੱਥੇ ਪੜ੍ਹ ਸਕਦੇ ਹੋ ਆਹ ਯੂਨੀਵਰਸਿਟੀ ਚੰਗੀਆਂ ਨੇ ਦੋ ਵਾਰ ਆਹ ਟੈਸਟ ਦੇਣੇ ਪੈਣੇ ਆ origional ਕੈਂਪਸ ਚਲੇ ਜਾਓ ਉੱਥੇ ਤੁਹਾਨੂੰ 5 ਪੁਆਇੰਟ ਐਕਸਟਰਾ ਮਿਲਣੇ ਆ ਕਈ ਜਗ੍ਹਾ ਤਾਂ ਐਕਸਪੀਰੀਅੰਸ ਦੀ ਵੀ ਲੋੜ ਨਹੀਂ ਪੱਕੇ ਹੋਣ ਤੋਂ ਬਾਅਦ ਉਹ ਬੱਚੇ ਹੈਗੇ ਨੇ ਜੀ ਪਰ ਉਹਨਾਂ ਦੀ ਗਿਣਤੀ ਘਾਟਾ ਪੰਜਾਬ ਤੋਂ ਜਾਂ ਜਿਹੜੀਆਂ ਦੂਜੀਆਂ ਸਟੇਟਸ ਨੇ ਜਿ ਜਿਹੜੀ ਅੱਜ ਕੱਲ ਬੈਨ ਠੀਕ ਹੈ ਹੁਣ ਇਹ ਇਹ ਵੀ ਇੱਕ ਮੇਨ ਰੀਜ਼ਨ ਆ ਜਦੋਂ ਆ ਕੇ ਇੱਥੇ ਕੋਰਸ ਚੇਂਜ ਕਰਦੇ ਯੂਨੀਵਰਸਿਟੀ ਆ ਤਾਂ ਹੀ ਕਰਕੇ ਇਥੋਂ ਇੰਨਾ ਸਟੇਟਸ ਨੂੰ ਅੱਜ ਕੱਲ ਬਹੁਤ ਜ਼ਿਆਦਾ ਕਹਿੰਦੇ ਨੇ ਬਰੀਕ ਚਾਨਣ ਵਾਲਾ ਹੀ ਬੈਠੀ ਆ ਬਿਲਕੁਲ ਠੀਕ ਹੈ ਨਵਜੋਤ ਭਾਜੀ 300 ਸਕਿੰਟ ਜੇ ਉਹਨੂੰ ਦੂਸਰੇ ਤਰੀਕੇ ਦੇ ਨਾਲ ਆਪਾਂ ਵੰਡੀਏ ਤਾਂ 5 ਮਿੰਟ ਆ 5 ਮਿੰਟ ਵੱਡੇ ਲੱਗਦੇ ਆਪਣੇ ਪ੍ਰੋਗਰਾਮ ਦੇ 5 ਮਿੰਟ ਬਾਕੀ ਨੇ ਜਿਵੇਂ ਆਪਾਂ ਪਿਛਲੀ ਵਾਰੀ ਵਾਦਾ ਕੀਤਾ ਸੀ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਿ ਕੋਈ ਇੱਕ ਅੱਧੀ ਕਹਾਣੀ ਕੋਈ ਇੱਕ ਅੱਧੀ ਗੱਲ ਸਾਡੇ ਜਿਹੜੇ ਪ੍ਰਵਾਸ ਕਰ ਗਏ ਨੌਜਵਾਨ ਨੇ ਉਹਨਾਂ ਦੀ ਸਫਲਤਾ ਦੀ ਉਹਨਾਂ ਦੀਆਂ ਸੰਘਰਸ਼ਾਂ ਦੀ ਆਪਾਂ ਸਾਂਝੀ ਜ਼ਰੂਰ ਕਰਿਆ ਕਰਨੀ ਹੈ 300 ਸਕਿੰਟ ਮੰਨ ਲਓ ਚਾਹੇ ਮਿੰਟ 5 ਮੰਨ ਲਓ ਤੁਹਾਨੂੰ ਖੁੱਲ੍ਹੇ ਦਿੱਤੇ ਹੁਣ ਦੇਖੋ ਬਾਦ ਸਾਹਿਬ ਇੱਕ ਕੋ ਕੁੜੀ ਇੱਥੇ ਪਹੁੰਚਦੀ ਆ ਆਪਣੀ ਭੈਣ ਦੇ ਕੋਲੇ ਵਿਜ਼ਟਰ ਵੀਜ਼ਾ ਤੇ ਹੂੰ ਹੂੰ ਉਦੋਂ ਮੈਂ ਸ਼ਾਇਦ ਐਡੀਲੇਡ ਰਹਿੰਦਾ ਸੀ ਸਾਨੂੰ ਘਰੇ ਮਿਲਣਾਉਂਦੇ ਆ ਉਹਦਾ ਬੇਕਰੀ ਦਾ ਕੋਰਸ ਅੱਧ ਵਿਚਾਲੇ ਹੁੰਦਾ ਇੰਡੀਆ ਦੇ ਵਿੱਚ ਜੀ ਆਨਲ ਸਲਾਹ ਦਿੰਦਾ ਵੀ ਪਹਿਲਾਂ ਦਾ ਉਹ ਕੋਰਸ ਰਹਿੰਦਾ ਨਾ ਇਹਨੂੰ ਸਾਲ ਉੱਥੇ ਜਾ ਕੇ ਇੰਡੀਆ ਪੂਰਾ ਕਰ ਲੈਣਾ ਫੇਰ ਅੰਗਰੇਜ਼ੀ ਦੇ ਵਿੱਚ ਵੀ ਹੱਥ ਬਾਹ ਬਾਜ ਤੰਗ ਹੁੰਦਾ ਉਹ ਗੁੜੀ ਦਾ ਜੀ ਉਦੋਂ ਮੈਨੂੰ ਐ ਲੱਗਦਾ ਹੁੰਦਾ ਵੀ ਇਹਦੇ ਸਿਕਸੀ ਚ ਕਦੇ ਆਉਣੇ ਨਹੀਂ ਹੂੰ ਹੂੰ ਚਲੋ ਸਾਢੇ 5 5 ਸਾਢੇ 5 ਬੈਂਡ ਉਹ ਇੰਡੀਆ ਜਾਂਦੀ ਆ ਤਿਆਰੀ ਕਰਦੀ ਆ ਬੇਕਰੀ ਦਾ ਕੋਰਸ ਕਰਦੀ ਆ ਇਹ ਗੱਲ ਅੱਜ ਤੋਂ 4-5 ਸਾਲ ਪਹਿਲਾਂ ਦੀ ਆ ਜੀ ਉਹ ਕੋਰਸ ਪੂਰਾ ਹੋ ਜਾਂਦਾ ਅੰਟਰਸਟ ਵੀ ਹੁੰਦਾ ਉਹਦਾ ਬੇਕਰੀ ਇੱਥੇ ਦੁਆਰਾ ਉਹ ਵਿਜ਼ਿਟਰ ਵੀਜ਼ਾ ਉਹਦੇ ਕੋਲ ਹੁੰਦਾ ਉਹ ਪਹੁੰਚਦੀ ਹੈ ਸਾਢੇ ਪੰਜ ਬੈਂਡ ਤੇ ਕਹਿੰਦੀ ਮੈਂ ਸ਼ੈਫ ਬਣਨਾ ਉਹਨੂੰ ਸ਼ੈਫ ਦੀ ਪੜ੍ਹਾਈ ਦਵਾਈ ਜਾਂਦੀ ਹੈ ਸਾਊਥ ਆਸਟ੍ਰੇਲੀਆ ਦੇ ਵਿੱਚ ਹਮਮ 2 ਸਾਲ ਉਹ ਸ਼ੈਫ ਦਾ ਕੋਰਸ ਕਰਦੀ ਹੈ ਨਾਲ ਨਾਲ ਪਹਿਲੀ ਜੌਬ ਜਿਹੜੀ ਲੱਗਦੀ ਹੈ ਉਹ ਕਿਚਨ ਅਟੈਂਡੈਂਟ ਜਾਂ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਕਿਚਨ ਹੈਂਡ ਸ਼ੈਫ ਦੇ ਨਾਲ ਜਿਹੜਾ ਕਿਚਨ ਦੇ ਵਿੱਚ ਲੇਬਰ ਵਾਲਾ ਕੰਮ ਹੁੰਦਾ ਉੱਥੋਂ ਸਟਾਰਟਿੰਗ ਹੁੰਦੀ ਹੈ ਜੀ 6 ਮਹੀਨੇ ਉਹ ਕੰਮ ਕਰਦੀ ਹੈ ਫਿਰ ਉਹ ਚੇਂਜ ਕਰਕੇ ਕਿਸੇ ਟਾਲੀਅਨ ਰੈਸਟੋਰੈਂਟ ਜਾਇਜ਼ ਦਾ ਕੁੱਕ ਕੰਮ ਕਰਦੀ ਹੈ ਹੂੰ ਹੂੰ ਫਿਰ ਉਹਦੀ ਹੋਰ ਪ੍ਰੋਮੋਸ਼ਨ ਹੁੰਦੀ ਹੈ ਪੜ੍ਹਾਈ ਨਾਲ ਨਾਲ ਚੱਲ ਰਹੀ ਹੁੰਦੀ ਹੈ ਸਰਟੀਫਿਕੇਟ 3 4 ਤੇ ਡਿਪਲੋਮਾ ਕੁਕਰੀ ਦਾ ਫਿਰ ਉਹਨੂੰ ਇੱਕ ਆਸਟ੍ਰੇਲੀਆ ਦੇ origignal town ਦੇ ਵਿੱਚ ਕਿਸੇ ਰੈਸਟੋਰੈਂਟ ਦੇ ਵਿੱਚ ਐਜ਼ ਅ ਸ਼ੈਫ ਨੌਕਰੀ ਮਿਲਦੀ ਜੀ ਫਿਰ ਉਸੇ origignal town ਦੇ ਵਿੱਚ ਉਹ ਇੱਕ ਸਾਲ ਜੌਬ ਕਰਕੇ ਉਹਦਾ ਸ਼ੈਫ ਦੀ ਜਿਹੜੀ ਸਕਿੱਲ ਅਸੈਸਮੈਂਟ ਉਹ ਕਰਾਉਂਦੀ ਉਹਨੂੰ ਜੌਬ ਰੈਡੀ ਪ੍ਰੋਗਰਾਮ ਕਹਿੰਦੇ ਆ ਅੱਜ ਵੀ ਉਹ ਉੱਥੇ ਕੰਮ ਕਰ ਰਹੀ ਹੈ ਇੰਦਾ ਮੇਨ ਟਾਈਮ ਬੜਾ ਜ਼ੋਰ-ਜ਼ੋਰ ਲਾ ਕੇ ਉਹਦੇ ਮਸਾਈ ਪੀਟੀ ਦੇ ਵਿੱਚੋਂ 50 ਈ ਚਾਉਂਦੇ ਆ ਜਿਹੜੇ तकरीबन 6 ਲਾ ਲੋ ਜਿਹੜੇ ਮਸਾਈ 6 ਈ ਚ ਪਰ ਜੀ ਉਹਨੂੰ ਕੁੱਕਰੀ ਦੇ ਵਿੱਚ ਕੋਈ 1% ਵੀ ਕਮੀ ਨਹੀਂ ਹੁੰਦੀ ਉਹਦੇ ਕਿਤੇ ਦੇ ਵਿੱਚ ਜਿਹੜਾ ਸ਼ੈਫ ਵਾਲਾ ਕੰਮ ਸੀ ਉਹ ਪੂਰਾ ਕਰ ਰਹੀ ਹੈ ਅੱਜ ਤੋਂ 2 ਹਫ਼ਤੇ ਪਹਿਲਾਂ ਸਾਊਥ ਆਸਟ੍ਰੇਲੀਆ ਨੇ ਉਸ ਕੁੜੀ ਨੂੰ ਪਰਮਨੈਂਟ ਰੈਜ਼ਿਡੈਂਸੀ ਦਾ 190 ਦਾ ਇਨਵੀਟੇਸ਼ਨ ਭੇਜਤਾ ਹੁਣ ਤੋਂ ਕੋਸ਼ਟ ਟਾਈਮ ਤੱਕ ਉਹਨੇ ਤੇ ਪੱਕੀ ਹੋ ਜਾਣਾ ਪਰਮਨੈਂਟ ਰੈਜ਼ੀਡੈਂਟ ਹੂੰ ਹੂੰ ਜੀ ਦੀ ਕੇ ਮੈਨੂੰ ਵੀ ਅੱਜ ਤੋਂ 5 ਸਾਲ ਪਹਿਲਾਂ 50 50 ਚਾਂਸ ਲੱਗਦੇ ਸੀ ਬਿਲਕੁਲ ਠੀਕ ਜਦੋਂ ਇਹ ਕੰਮ ਸਟਾਰਟ ਹੋਇਆ ਸੀ ਪਰ ਹੁਣ ਜੇ ਇਹੀ ਚੀਜ਼ ਮੈਲਬਨ ਚ ਕੀਤੀ ਹੁੰਦੀ ਇਹੀ ਚੀਜ਼ ਸਿਡਨੀ ਚ ਕੀਤੀ ਹੁੰਦੀ ਜਾਂ ਬ੍ਰਿਸਬੇਨ ਚ ਕੀਤੀ ਹੁੰਦੀ ਇਹ ਕੰਮ ਹੋਣਾ ਨਹੀਂ ਸੀ अच्छा ਜੇ ਉਹ ਇਹਨਾਂ ਤਿੰਨ ਸ਼ਹਿਰਾਂ ਚ ਰਹਿੰਦੀ ਇੱਥੋਂ ਦਾ ਲਾਈਫਸਟਾਈਲ ਦੇਖਦੀ ਭੂਆ ਮਾਸੀ ਮਾਮਾ ਕੋਈ ਉੱਥੇ ਰਹਿੰਦੇ ਦੇਖਦੀ ਤਾਂ ਫਿਰ ਉਹ ਪੱਕੀ ਨਹੀਂ ਸੀ ਹੋ ਸਕਦਾ ਉਹਦੇ ਪੁਆਇੰਟ ਹੀ ਨਹੀਂ ਪੂਰੇ ਹੋਣੇ ਸੀ ਜੀ 5 ਪੁਆਇੰਟ ਰਿਜਨਲ ਸਟੱਡੀ ਤੇ ਬਣੇ ਪਲੱਸ ਉਦੋਂ ਬਾਅਦ ਵੀ ਉਹ ਕਾਊਂਟਰ ਰਿਜਨਲ ਚ ਜਾ ਕੇ ਨੇ ਸਾਲ ਕੰਮ ਕੀਤਾ ਬਹੁਤ ਰਿਮੋਟ ਟਾਊਨ ਆ ਪਿੰਡ ਦੇ ਵਿੱਚ ਜਾ ਕੇ ਕੰਮ ਕੀਤਾ ਰੈਜ਼ੀਡੈਂਟ ਦੇ ਵਿੱਚ ਜਿਹੜੀ ਉਹਦੀ ਪਰਮਨੈਂਟ ਰੈਜ਼ੀਡੈਂਸੀ ਆਈ ਹੈ ਉਹਦੀ ਆਪਣੇ ਕਿੱਤੇ ਦੇ ਵਿੱਚ ਇੰਟਰਸਟ ਤੇ ਉਹਦੀ ਮਿਹਨਤ ਕਰਕੇ ਆਈ ਰਿਮੋਟ ਟਾਊਨ ਜੇ ਮੈਂ ਇਹਦੇ ਤੋਂ ਹਿਸਾਬ ਜਾਂ ਲਾਉਣਾ ਹੋਵੇ ਜਾਨੀ ਉੱਥੋਂ ਦੇ ਲੋਕ ਛੇਤੀ ਉੱਥੇ ਹੈਪਨਿੰਗ ਥੋੜੀ ਘੱਟ ਹੈ ਉੱਥੇ ਆਪਣਾ ਭਾਈਚਾਰਾ ਹੈ ਨੀਗਾ ਜਣੀ ਮੈਂ ਉਹ ਤੁਹਾਡੇ ਕੋਲ ਤਾਂ ਐਗਜ਼ੈਂਪਲ ਲੈਣਾ ਚਾਹੁੰਨਾ ਤਾਂ ਜੋ ਜਿਹੜੇ ਅਜੇ ਅਦਭਚਾਲੇ ਤੁਰੇ ਫਿਰਦੇ ਆ ਨਾ ਉਹ ਸਮਝ ਜਾਣ ਕਿ ਭਾਈ ਇਦਾਂ ਦੀ ਥਾਂ ਉਹ ਹੁੰਦੀ ਆ ਤੇ ਇੱਥੇ ਜਾ ਕੇ ਸਫਲਤਾ ਮਿਲ ਸਕਦੀ ਆ ਜਿਵੇਂ ਮੋਰਟਨ ਲਾਲੋ ਜਿਵੇਂ ਕੋਈ ਸਾਊਥ ਆਸਟ੍ਰੇਲੀਆ ਦਾ ਨਰਾ ਕੋਟ ਹੋ ਗਿਆ ਮਾਊਂਟ ਗੈਂਪੀਅਰ ਹੋ ਗਿਆ ਵਾਇਲਾ ਹੋ ਗਿਆ ਪੋਰਟ ਅਗਸਟਾ ਹੋ ਗਿਆ ਛੋਟੇ ਛੋਟੇ ਕਸਬੇ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਆਊਟਰ ਰਿਜਨ ਏਰੀਆ ਬੋਲਦੇ ਆ ਠੀਕ ਆ ਉੱਥੇ ਜਾ ਕੇ ਉਹਨੇ ਕੰਮ ਕੀਤਾ ਤਾਂ ਸਾਊਥ ਆਸਟ੍ਰੇਲੀਅਨ ਗਵਰਨਮੈਂਟ ਦਾ ਇੱਕ ਪ੍ਰੋਗਰਾਮ ਹੈ। ਇਹੀ ਨਾਰਥਰਨ ਰਾਈਡਰ ਚ ਕੀਤਾ ਹੁੰਦਾ ਤਾਂ ਵੀ ਪੀਆਰ ਆ ਜਾਣੀ ਸੀ। ਇਹੀ ਤਸਵਾਰੀਏ ਚ ਕੀਤਾ ਹੁੰਦਾ ਫੇਰ ਵੀ ਪੀਆਰ ਆ ਜਾਣੀ ਸੀ। ਇਹੀ ਚੀਜ਼ ਨਿਊ ਸਾਊਥ ਵੇਲ ਦੇ ਕਿਸੇ ਰਿਮੋਟ ਟਾਊਨ ਚ ਕੀਤੀ ਹੁੰਦੀ ਤਾਂ ਵੀ ਉਹਨੇ ਪੱਕੇ ਹੋ ਜਾਣਾ ਸੀ। ਪਰ ਦੱਸਣਾ ਮੈਂ ਇਹ ਚਾਹੁੰਦਾ ਇੱਥੇ ਕੋਈ ਉਸ ਕੁੜੀ ਕੋਲੇ 100 ਪੁਆਇੰਟ ਨਹੀਂ ਸੀ। ਉਹਦੇ ਕੋਲ ਕੋਈ 8 ਇੰਚ ਜਾਂ 7 ਇੰਚ ਬੈਂਡ ਨਹੀਂ ਸੀ। ਕੋਈ ਬੈਚਲਰ ਡਿਗਰੀ ਨਹੀਂ ਸੀ। ਜੇ ਹੈਗੀ ਆ ਤਾਂ ਹੈਗੀ ਨਰੋਲ ਮਿਹਨਤ ਸੀ ਆਪਣੇ ਕਿੱਤੇ ਦੇ ਵਿੱਚ। ਜਦੋਂ ਦੀ ਆਈ ਆ ਹੁਣ ਤੱਕ ਉਹਨੇ ਕੋਈ ਹੋਰ ਕੰਮ ਨਹੀਂ ਕੀਤਾ ਸਿਵਾਏ ਰੈਸਟੋਰੈਂਟ ਦੇ ਵਿੱਚ ਕਿਚਨ ਐਂਡ ਕੁੱਕ ਤੇ ਸ਼ੈਫ ਉਹਨੂੰ ਚੰਗੀ ਸੈਲਰੀ ਵੀ ਆ ਪੀਆਰ ਵੀ ਆ ਜਾਣੀ ਆ ਤੇ ਕੱਲ ਨੂੰ ਹਜੇ ਤਾਂ ਉਮਰ ਵੀ ਥੋੜੀ ਹੀ ਆ ਹਜੇ ਤਾਂ ਵਿਆਹ ਹੋਣਾ ਤੇ ਮਤਲਬ ਕਿ ਜ਼ਿੰਦਗੀ ਆ ਜਿਹੜੀ ਲਈ ਤੇ ਪੈ ਗਈ ਜੇ ਕੱਲ ਨੂੰ ਰੈਸਟੋਰੈਂਟ ਖੋਲਣਾ ਉਹ ਵੀ ਖੋਲਿਆ ਜਾ ਸਕਦਾ ਜਾ ਸਕਦਾ ਨਵਜੋਤ ਪਾ ਜੀ ਉਮੀਦ ਕਰਦੇ ਆ ਕਿ ਸਹੀ ਦਿਸ਼ਾ ਦਿਖਾਉਣ ਵਾਲੇ ਲੋਕ ਮਿਲਦੇ ਰਹੇਣ ਆਪ ਵੀ ਬੱਚੇ ਜਿਹੜੇ ਆ ਉਹ ਸਹੀ ਸਮੇਂ ਤੇ ਠੀਕ ਸਟੈਪ ਲੈਂਦੇ ਰਹਿਣ ਜਿਹੜੀ ਪੜ੍ਹਾਈ ਆ ਉਹਦੇ ਨਾਲ ਦਾ ਕੰਮ ਕਿਉਂਕਿ ਹੁਣ ਕੈਨੇਡਾ ਵਾਲੇ ਵੀ ਉਧਰਲੇ ਪਾਸੇ ਨੂੰ ਹਰ ਇੱਕ ਸੂਬੇ ਦੇ ਵਿੱਚ ਹੁਣ ਕਰਨ ਲੱਗ ਪਿਆ ਥੋੜਾ ਜਿਹਾ ਅੱਗੇ ਕੁਝ ਢਿਲਮਠ ਸੀਗੀ ਕਿ ਭਾਈ ਉਹੀ ਪੜ੍ਹਾਈ ਉਹੀ ਸਾਰਾ ਕੁਝ ਫੇਰ ਨਿਬੜੂਗਾ ਮੈਨੂੰ ਲੱਗਦਾ ਕਿ ਜੇ ਆਪਣੀਆਂ ਗੱਲਾਂ ਸੁਣ ਕੇ ਦੋ ਚਾਰ ਜਣੇ ਵੀ ਕਿਤੇ ਸਿੱਧੇ ਰਾਹ ਪੈ ਜਾਣ ਤਾਂ ਸ਼ਾਇਦ ਨਿਰਾਸ਼ਾ ਦਾ ਆਲਮ ਜਿਹੜਾ ਚਾਰੇ ਪਾਸੇ ਹੁੰਦਾ ਉਹਦੇ ਵਿੱਚ ਥੋੜੀ ਜਿਹੀ ਕਟੌਤੀ ਜੜੀ ਹੋਊਗੀ ਜ਼ਰੂਰ ਹਾਂਜੀ ਬਿਲਕੁਲ ਬਾਤ ਸਾਬ ਇਹ ਪ੍ਰੋਗਰਾਮ ਕਰਨ ਦਾ ਮੇਨ ਆਪਣਾ ਕਾਰਨ ਵੀ ਇਹੀ ਆ ਜਦੋਂ ਐਦਾਂ ਦਾ ਜਵਾਕ ਬਾਟ ਸਾਹਿਬ ਇੱਥੇ ਪੱਕੇ ਪੈਰ ਲਾਉਂਦਾ ਤੇ ਉਹਦੇ ਕੋਲੇ ਨੌਕਰੀ ਹੁੰਦੀ ਹੈ ਨਾ ਸੱਚ ਜਾਣੇ ਉਹ ਵੀ ਇੰਨੀ ਖੁਸ਼ੀ ਆਪਦੇ ਕਿਸੇ ਖਾਸ ਪਰਿਵਾਰ ਦੇ ਮੈਂਬਰ ਦੀ ਤਰੱਕੀ ਤੇ ਨਹੀਂ ਹੁੰਦੀ ਜਦੋਂ ਐਦਾਂ ਦੇ ਗਰੀਬ ਪਰਿਵਾਰ ਦੇ ਵਿੱਚੋਂ ਆ ਕੇ ਕੋਈ ਜਵਾਕ ਇੱਥੇ ਪੱਕਾ ਹੁੰਦਾ ਤੁਸੀਂ ਯਕੀਨ ਮੰਨੋ ਰਾਤ ਨੂੰ 2 ਵਜੇ ਮੈਂ ਉਹਦੀ ਫਾਈਲ ਲਈ ਜਦੋਂ ਉਹਦਾ ਕੰਡੀਸ਼ਨ ਆਫ ਹੋਰੀਆ ਹੋ ਗਿਆ ਸੀ ਮੈਂ ਇੱਕ ਦਿਨ ਵੀ ਲੇਟ ਨਹੀਂ ਕਰਨੀ ਚਾਹੁੰਦਾ ਹੂੰ ਕਿਉਂਕਿ ਹਾਂ ਮਤਲਬ ਐਦਾਂ ਦੇ ਕੇਸ ਆ ਜਿਹੜੇ ਉਹ ਘੱਟ ਨੇ ਪਰ ਜਦੋਂ ਆਉਂਦੇ ਨੇ ਤਾਂ ਸਾਡੂ ਵੀ ਜਿਹੜਾ ਉਹ ਕਹਿੰਦਾ ਨਾ ਖੂਨ ਦੁੱਗਣਾ ਹੋ ਜਾਂਦਾ ਮੈਂ ਚਾਹੁੰਦਾ ਵੀ ਜਿਹੜੇ ਸਾਡਾ ਪੰਜਾਬੀ ਭਾਈਚਾਰਾ ਉਹ ਤਰੱਕੀਆਂ ਕਰੇ ਇਹਨਾਂ ਮੁਲਕਾਂ ਦੇ ਵਿੱਚ ਆਪਰਚੂਨਿਟੀਆਂ ਹੈਗੀਆਂ ਠੀਕ ਹੈ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਬਸ ਸਿੱਧੇ ਤਰੀਕੇ ਨਾਲ ਆਪਦੇ ਕਾਗਜ਼ ਪੱਤਰ ਸਿੱਧੇ ਰੱਖੋ ਬਹੁਤ ਸ਼ੁਕਰੀਆ ਨਵਜੋਤ ਪਾਜੀ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸੋ ਨਵਜੋਤ ਸਿੰਘ ਕੈਲੇ ਸਾਬ ਮੈਲਬਨ ਆਸਟ੍ਰੇਲੀਆ ਤੋਂ ਜੁੜੇ ਸੀ ਤਿੰਨ ਚੀਜ਼ਾਂ ਬਿਲਕੁਲ ਸਾਫ਼ ਤੇ ਸਪਸ਼ਟ ਇੱਕ ਤਾਂ ਯੂਨੀਵਰਸਟੀਆਂ ਦੇ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਦੇ ਬੱਚਿਆਂ ਨੂੰ ਦਾਖਲੇ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਹੈ ਕਿ ਘੱਟ ਮਿਲ ਰਿਹਾ ਹੈ ਉਹਨਾਂ ਨੇ ਸਥਿਤੀ ਸਪਸ਼ਟ ਕੀਤੀ ਹੈ ਤੇ ਆਪ ਕੁਝ ਐਸਾ ਨਾ ਕਰਦੇ ਹੋ ਜਾਣੇ ਅਣਜਾਣੇ ਕਿ ਕੱਲ ਨੂੰ ਨਿਆਣੇ ਭਾਵੇਂ ਪੜਨ ਦੇ ਵਿੱਚ ਵੀ ਤਿੱਖੇ ਹੁਣ ਨੰਬਰ ਵੀ ਪੂਰੇ ਹੁਣ ਬੈਂਡ ਵੀ ਪੂਰੇ ਹੁਣ 4 ਰੁਪਏ ਫੀਸ ਤੇ ਵੀ ਦੇ ਸਕਦੇ ਹੁਣ ਅਗਲੇ ਮੋਹਰਿਓ ਮੋਹਰ ਹੋਰ ਤਰੀਕੇ ਦੀ ਲਾਦਣ ਕਿ ਭਾਈ ਪਾਪੇ ਨੇ ਜਾਂ ਬੀਬੀ ਨੇ ਇਦਾਂ ਦਾ ਕਾਗਜ਼ ਲਾਇਆ ਸੀ ਤੇ ਤੇਰੇ ਕ ਆ ਜਿਹੜੀ ਮੁਟਿਆਰ ਸਾਡੀ ਧੀ ਸਾਡੀ ਭੈਣ ਦੀ ਜਿਹੜੀ ਕਹਾਣੀ ਹੈ ਇਹ ਸਾਨੂੰ ਸਿੱਧੇ ਸਿੱਧੇ ਤਰੀਕੇ ਬਹੁਤ ਸਾਰੇ ਸਬਕ ਦਿੰਦੀ ਹੈ ਪਰ ਸਭ ਕੋ ਹੀ ਚੰਗਾ ਹੁੰਦਾ ਜਿਹੜਾ ਅਸੀਂ ਲੈ ਲਈਏ ਕਿਉਂਕਿ ਸਭ ਕੁ ਤੱਕ ਇਹ ਨਾ ਨਹੀਂ ਦਿੱਤਾ ਜਾ ਸਕਦਾ ਸੋ ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਚੀਜ਼ਾਂ ਸਾਹਮਣੇ ਪੱਲੇ ਨਾਲ ਬੰਨ ਕੇ ਰੱਖਣ ਵਾਲੀਆਂ ਜ਼ਰੂਰ ਹੋਣਗੀਆਂ ਇੱਥੇ ਤੇ ਉਹ ਮੈਨੂੰ ਪਰਮੇਸ਼ ਸਿੰਘ ਬਾਠਰੂ ਆ ਗਿਆ ਦੇਖ ਲੈਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ